ਤਾਂ ਮੁੰਡਿਆਂ ਨੇ ਕੁੜੀਆਂ ਦਾ ਸਿਰ ਪਾੜ ਦਿੱਤਾ ਹੈ। ਜੀ ਹਾਂ, ਲਹੂ ਲੁਹਾਨ ਹੋ ਕੇ ਥਾਣੇ ਦੇ ਬਾਹਰ ਬੈਠੀਆਂ ਇਹ ਕੁੜੀਆਂ, ਜਿਨ੍ਹਾਂ ਦੇ ਨਾਲ ਹੁਣ ਤੋਂ ਥੋੜ੍ਹੇ ਚਿਰ ਪਹਿਲਾਂ ਇੱਕ ਘਟਨਾ ਵਾਪਰਦੀ ਹੈ। ਇਹਨਾਂ ਨੂੰ ਕੁਝ ਮੁੰਡਿਆਂ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ ਅਤੇ ਬਿਨਾਂ ਕੁਝ ਪੁੱਛੇ ਇਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਲਾਠੀਆਂ ਦੇ ਨਾਲ, ਹੋਰ ਕਈ ਚੀਜ਼ਾਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕੁੜੀਆਂ ਦਾ ਸਿਰ ਪਾੜ ਗਿਆ ਹੈ। ਇੱਕ ਕੁੜੀ ਜ਼ਿਆਦਾ ਲਹੂ ਲੁਹਾਨ ਹੋ ਗਈ ਹੈ। ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਦੇ ਦੌਰਾਨ ਝਗੜਾ ਹੁੰਦਾ ਹੈ। ਪਹਿਲਾਂ ਗਾਲੀ ਗਲੋਚ ਹੁੰਦਾ ਹੈ ਮੁੰਡੇ ਕੁੜੀਆਂ ਦੇ ਵਿੱਚ, ਫਿਰ ਮੁੰਡੇ ਇਕੱਠੇ ਹੋ ਕੇ ਇਹਨਾਂ ਕੁੜੀਆਂ 'ਤੇ ਟੁੱਟ ਪੈਂਦੇ ਨੇ, ਜਿਸ ਕਰਕੇ ਇਸ ਕੁੜੀ ਦਾ ਸਿਰ ਪਾੜ ਜਾਂਦਾ ਹੈ। ਲਹੂ ਲੁਹਾਨ ਹੋ ਕੇ ਥਾਣੇ ਦੇ ਬਾਹਰ ਇਹ ਕੁੜੀਆਂ ਬੈਠੀਆਂ ਨੇ। ਹੁਣ ਇਹਨਾਂ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਨੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਤਸਵੀਰਾਂ ਅੰਮ੍ਰਿਤਸਰ ਦੇ ਭਾਈ ਮਾਨ ਸਿੰਘ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਸਨਸਨੀ ਫੈਲ ਗਈ ਹੈ। ਜੀ ਹਾਂ, ਕੁੜੀਆਂ ਅਤੇ ਮੁੰਡਿਆਂ ਦੀ ਲੜਾਈ ਹੁੰਦੀ ਹੈ ਅਤੇ ਲੜਾਈ ਪੁਰਾਣੀ ਰੰਜਿਸ਼ ਨੂੰ ਲੈ ਕੇ ਹੁੰਦੀ ਹੈ। ਇਸ ਝਗੜੇ ਦੌਰਾਨ ਮੁੰਡਿਆਂ ਦੇ ਵੱਲੋਂ ਕੁੜੀਆਂ ਦੇ ਸਿਰ ਫਾੜ ਦਿੱਤੇ ਜਾਂਦੇ ਨੇ, ਜਿਸ ਤੋਂ ਬਾਅਦ ਕੁੜੀਆਂ ਲਹੂ ਲੁਹਾਨ ਹੋ ਕੇ ਹਸਪਤਾਲ ਦੀ ਬਜਾਏ ਥਾਣੇ ਜਾ ਪਹੁੰਚਦੀਆਂ ਨੇ। ਥਾਣੇ ਦੇ ਬਾਹਰ ਕੁੜੀਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ, ਹੰਗਾਮਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਵੀ ਕਾਰਵਾਈ ਕਰਦੀ ਹੈ। ਕੁੜੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਹਨਾਂ ਨੂੰ ਫਸਟ ਏਡ ਮਿਲ ਗਈ ਹੈ। ਅਤੇ ਹੁਣ ਪੂਰਾ ਮਾਮਲਾ ਕੀ ਸੀ, ਕਿਸ ਕਰਕੇ ਇਹਨਾਂ ਦੀ ਪੁਰਾਣੀ ਰੰਜਿਸ਼ ਸੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਮੁੰਡੇ ਕੁੜੀ ਲੜ ਪਏ ਅਤੇ ਮੁੰਡਿਆਂ ਨੇ ਕੁੜੀਆਂ ਦਾ ਸਿਰ ਪਾੜ ਦਿੱਤਾ। ਹਾਂਜੀ, ਤੁਹਾਡਾ ਨਾਮ? ਮੇਰਾ ਨਾਂ ਏਸੇ ਰਾਜਕੁਮਾਰ ਜੀ, ਥਾਣੇ ਸੁਲਤਾਨਪੁਰ, ਮੈਂ ਡਿਊਟੀ ਅਫਸਰਾਂ 'ਚ ਆਈਓ ਇਨਵੈਸਟੀਗੇਸ਼ਨ ਹੈ। ਇੱਕ ਸਰੀਤਾ ਨਾਲ ਦਰਖਾਸਤ ਮੇਰੇ ਕੋਲ ਆਈ ਆ, ਜੋ ਵੀ ਦਰਖਾਸਤ ਦਊਗੀ ਜਿਹੜੇ ਮੁਲਜ਼ਮ ਹੋਣਗੇ ਉਹਨਾਂ ਦੇ ਖਿਲਾਫ਼ ਭਾਂਤੀ ਕਾਰਵਾਈ ਕੀਤੀ ਜਾਊਗੀ। ਕੀ ਕੰਪਲੇਂਟ ਦਿੱਤੀ ਇਹਨਾਂ ਨੇ? ਕਿੰਨਾਂ ਨੇ ਇਹਨਾਂ ਨੂੰ ਚੱਕ ਲਿਆ? ਇਹਨਾਂ ਨੇ ਕਿਹਾ ਵਾ ਵੀ ਸਾਡਾ ਪਹਿਲਾਂ ਡਾਕਟ ਕਰ ਦਿਓ, ਇਹਨਾਂ ਦੇ ਸਿਰ 'ਤੇ ਸੱਟ ਲੱਗੀ ਆ, ਮੈਂ ਡਾਕਟ ਕਰਕੇ ਦੇਣ ਲੱਗਾ, ਅਤੇ ਜੋ ਵੀ ਭਾਂਤੀ ਕਾਰਵਾਈ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਆਪਾਂ ਕਰ ਦਾਂਗੇ ਭਾਈ। ਤਾਂ ਮੁੰਡਿਆਂ ਨੇ ਕੁੜੀਆਂ ਦਾ ਸਿਰ ਪਾੜ ਦਿੱਤਾ ਹੈ। ਜੀ ਹਾਂ, ਲਹੂ ਲੁਹਾਨ ਹੋ ਕੇ ਥਾਣੇ ਦੇ ਬਾਹਰ ਬੈਠੀਆਂ ਇਹ ਕੁੜੀਆਂ, ਜਿਨ੍ਹਾਂ ਦੇ ਨਾਲ ਹੁਣ ਤੋਂ ਥੋੜ੍ਹੇ ਚਿਰ ਪਹਿਲਾਂ ਇੱਕ ਘਟਨਾ ਵਾਪਰਦੀ ਹੈ। ਇਹਨਾਂ ਨੂੰ ਕੁਝ ਮੁੰਡਿਆਂ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ ਅਤੇ ਬਿਨਾਂ ਕੁਝ ਪੁੱਛੇ ਇਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਲਾਠੀਆਂ ਦੇ ਨਾਲ, ਹੋਰ ਕਈ ਚੀਜ਼ਾਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕੁੜੀਆਂ ਦਾ ਸਿਰ ਪਾੜ ਗਿਆ ਹੈ। ਇੱਕ ਕੁੜੀ ਜ਼ਿਆਦਾ ਲਹੂ ਲੁਹਾਨ ਹੋ ਗਈ ਹੈ। ਦਰਅਸਲ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਦੇ ਦੌਰਾਨ ਝਗੜਾ ਹੁੰਦਾ ਹੈ। ਪਹਿਲਾਂ ਗਾਲੀ ਗਲੋਚ ਹੁੰਦਾ ਹੈ ਮੁੰਡੇ ਕੁੜੀਆਂ ਦੇ ਵਿੱਚ, ਫਿਰ ਮੁੰਡੇ ਇਕੱਠੇ ਹੋ ਕੇ ਇਹਨਾਂ ਕੁੜੀਆਂ 'ਤੇ ਟੁੱਟ ਪੈਂਦੇ ਨੇ, ਜਿਸ ਕਰਕੇ ਇਸ ਕੁੜੀ ਦਾ ਸਿਰ ਪਾੜ ਜਾਂਦਾ ਹੈ। ਲਹੂ ਲੁਹਾਨ ਹੋ ਕੇ ਥਾਣੇ ਦੇ ਬਾਹਰ ਇਹ ਕੁੜੀਆਂ ਬੈਠੀਆਂ ਨੇ। ਹੁਣ ਇਹਨਾਂ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਨੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਤਸਵੀਰਾਂ ਅੰਮ੍ਰਿਤਸਰ ਦੇ ਭਾਈ ਮਾਨ ਸਿੰਘ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਸਨਸਨੀ ਫੈਲ ਗਈ ਹੈ। ਜੀ ਹਾਂ, ਕੁੜੀਆਂ ਅਤੇ ਮੁੰਡਿਆਂ ਦੀ ਲੜਾਈ ਹੁੰਦੀ ਹੈ ਅਤੇ ਲੜਾਈ ਪੁਰਾਣੀ ਰੰਜਿਸ਼ ਨੂੰ ਲੈ ਕੇ ਹੁੰਦੀ ਹੈ। ਇਸ ਝਗੜੇ ਦੌਰਾਨ ਮੁੰਡਿਆਂ ਦੇ ਵੱਲੋਂ ਕੁੜੀਆਂ ਦੇ ਸਿਰ ਫਾੜ ਦਿੱਤੇ ਜਾਂਦੇ ਨੇ, ਜਿਸ ਤੋਂ ਬਾਅਦ ਕੁੜੀਆਂ ਲਹੂ ਲੁਹਾਨ ਹੋ ਕੇ ਹਸਪਤਾਲ ਦੀ ਬਜਾਏ ਥਾਣੇ ਜਾ ਪਹੁੰਚਦੀਆਂ ਨੇ। ਥਾਣੇ ਦੇ ਬਾਹਰ ਕੁੜੀਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ, ਹੰਗਾਮਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਵੀ ਕਾਰਵਾਈ ਕਰਦੀ ਹੈ। ਕੁੜੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਹਨਾਂ ਨੂੰ ਫਸਟ ਏਡ ਮਿਲ ਗਈ ਹੈ। ਅਤੇ ਹੁਣ
ਪੂਰਾ ਮਾਮਲਾ ਕੀ ਸੀ, ਕਿਸ ਕਰਕੇ ਇਹਨਾਂ ਦੀ ਪੁਰਾਣੀ ਰੰਜਿਸ਼ ਸੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਮੁੰਡੇ ਕੁੜੀ ਲੜ ਪਏ ਅਤੇ ਮੁੰਡਿਆਂ ਨੇ ਕੁੜੀਆਂ ਦਾ ਸਿਰ ਪਾੜ ਦਿੱਤਾ। ਵੱਡੀ ਹਾਂਜੀ, ਤੁਹਾਡਾ ਨਾਮ? ਮੇਰਾ ਨਾਂ ਏਸੇ ਰਾਜਕੁਮਾਰ ਜੀ, ਥਾਣੇ ਸੁਲਤਾਨਪੁਰ, ਮੈਂ ਡਿਊਟੀ ਅਫਸਰਾਂ 'ਚ ਆਈਓ ਇਨਵੈਸਟੀਗੇਸ਼ਨ ਹੈ। ਇੱਕ ਸਰੀਤਾ ਨਾਲ ਦਰਖਾਸਤ ਮੇਰੇ ਕੋਲ ਆਈ ਆ, ਜੋ ਵੀ ਦਰਖਾਸਤ ਦਊਗੀ ਜਿਹੜੇ ਮੁਲਜ਼ਮ ਹੋਣਗੇ ਉਹਨਾਂ ਦੇ ਖਿਲਾਫ਼ ਭਾਂਤੀ ਕਾਰਵਾਈ ਕੀਤੀ ਜਾਊਗੀ। ਕੀ ਕੰਪਲੇਂਟ ਦਿੱਤੀ ਇਹਨਾਂ ਨੇ? ਕਿੰਨਾਂ ਨੇ ਇਹਨਾਂ ਨੇ ਕਿਹਾ ਵਾ ਵੀ ਸਾਡਾ ਪਹਿਲਾਂ ਡਾਕਟ ਕਰ ਦਿਓ, ਇਹਨਾਂ ਦੇ ਸਿਰ 'ਤੇ ਸੱਟ ਲੱਗੀ ਆ, ਮੈਂ ਡਾਕਟ ਕਰਕੇ ਦੇਣ ਲੱਗਾ, ਅਤੇ ਜੋ ਵੀ ਭਾਂਤੀ ਕਾਰਵਾਈ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਆਪਾਂ ਕਰ ਦਾਂਗੇ ਭਾਈ।